ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਸੀ, ਬਦਸਤੂਰ ਜਾਰੀ ਰੱਖਿਆ ਹੋਇਆ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ, ਇਜਲਾਸ ਨੂੰ ਲੈ ਕੇ, ਜੋ ਕਿ ਥੋੜ੍ਹੀ ਦੇਰ ਦੇ ਵਿੱਚ ਇੰਡੀਆ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸ਼ੁਰੂ ਹੋਏਗਾ। ਔਰ ਪੰਜਾਬ ਦੇ ਮੁੱਦਿਆਂ ਦੀ ਜਿਹੜੀ ਕੋਰਟ ਲੱਗਦਾ, ਉਹਨੂੰ ਅਸੀਂ ਕੋਰਟ ਕਹਿ ਸਕਦੇ ਹਾਂ, ਜਿੱਥੇ ਦਲੀਲਾਂ ਸੁਣਨ ਨੂੰ ਮਿਲਦੀਆਂ ਹਨ, ਉਸ ਕੋਰਟ ਦੇ ਵਿੱਚ ਆਖਿਰਕਾਰ ਕਿਹੜੇ ਕਿਹੜੇ ਮੁੱਦੇ ਜਿਹੜੇ ਨੇ ਉਹ ਭਖਣਗੇ। ਲੇਕਿਨ ਹੁਣ ਸਮਝ ਇਹ ਆ ਰਿਹਾ ਕਿ ਜਿਹੜੇ ਅਹਿਮ ਮੁੱਦੇ ਨੇ, ਚਾਹੇ ਉਹ ਰੋਜ਼ਗਾਰ ਦੇ ਮੁੱਦੇ ਹੋਣ, ਭ੍ਰਿਸ਼ਟਾਚਾਰ ਦੇ ਮੁੱਦੇ ਹੋਣ, ਮਾਈਨਿੰਗ ਦਾ ਮੁੱਦਾ ਹੋਵੇ, ਚਾਹੇ ਪਾਣੀਆਂ ਦਾ ਮੁੱਦਾ ਹੋਵੇ, ਹੈਲਥ ਦਾ ਮੁੱਦਾ ਹੋਵੇ, ਐਜੂਕੇਸ਼ਨ ਦਾ ਮੁੱਦਾ ਹੋਵੇ, ਆਂਗਨਵਾੜੀ ਵਰਕਰਸ ਦੇ ਮੁੱਦੇ ਹੋਣ, ਤਾਂ ਉਹਨਾਂ ਨੂੰ ਲੈ ਕੇ ਕੀ ਸੁਣਨ ਨੂੰ ਕੁਛ ਮਿਲ ਸਕਦਾ ਇਸ ਸੈਸ਼ਨ ਦੇ ਵਿੱਚ, ਇਜਲਾਸ ਦੇ ਵਿੱਚ, ਜਾਂ ਫਿਰ ਆਰੋਪ ਪ੍ਰਤਿਆਰੋਪ ਦੀ ਰਾਜਨੀਤੀ ਹੀ ਸੁਣਨ ਨੂੰ ਮਿਲੇਗੀ। ਇਹ ਅਸੀਂ ਅੱਜ ਐਨਾਲਿਸਿਸ ਕਰ ਰਹੇ ਹਾਂ। ਔਰ ਕਿਹੜੇ ਕਿਹੜੇ ਮੁੱਦੇ ਚੁੱਕੇ ਜਾਣੇ ਚਾਹੀਦੇ ਹਨ ਵਿਰੋਧੀ ਧਿਰ ਵੱਲੋਂ ਵੀ, ਅਤੇ ਕਿਹੜੇ ਕਿਹੜੇ ਬਿੱਲ ਜਿਹੜੇ ਨੇ ਉਹ ਪਾਸ ਕਰਨੇ ਚਾਹੀਦੇ ਹਨ ਹਾਕਮ ਸਰਕਾਰ ਨੂੰ ਵੀ, ਕੈਪਟਨ ਸਰਕਾਰ ਨੂੰ ਵੀ, ਇਸ ਬਾਰੇ ਐਨਾਲਿਸਿਸ ਅਸੀਂ ਕਰ ਰਹੇ ਹਾਂ। ਤੁਸੀਂ ਵੀ ਮੈਨੂੰ ਫੋਨ ਕਰ ਰਹੇ ਹੋ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਕੀ ਕੁਝ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਲੰਡਨ ਤੋਂ ਬੋਲ ਰਿਹਾ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਮੈਂ ਸਿਰਫ ਕੁਛ ਨਹੀਂ ਕਹਿਣਾ ਚਾਹੁੰਦਾ, ਨਾ ਮੁੱਦੇ ਦੇ ਨਾ ਵਾਸਤੇ, ਸਿਰਫ ਤੁਹਾਡੇ ਨਾਲ ਗੱਲ ਕਰਨੀ ਇੱਕ ਮਿੰਟ। ਤਿੰਨ ਚਾਰ ਵੀਕਾਂ ਹੋ ਗਈਆਂ ਮੈਨੂੰ ਵੇਟ ਕਰਦਾ, ਤੁਹਾਨੂੰ ਇੱਕ ਵਧਾਈ ਦੇਣੀ ਸਿਰਫ ਮੈਂ। ਜੀ ਜੀ ਜੀ, ਵਧਾਈ ਦੇ ਕਰਕੇ ਦੇਣੀ ਵੀ, ਤੁਸੀਂ ਕਿਤੇ ਇਨਸਾਨੀਅਤ ਦੀ ਗੱਲ ਕੀਤੀ, ਇਨਸਾਨੀਅਤ ਬਾਰੇ ਸ਼ਾਇਦ ਤੁਹਾਡੇ ਮੂੰਹੋਂ ਨਿਕਲੇ ਆ ਜਾਂ ਡਿਲੀਬਰਟਲੀ। ਮੈਂ ਤਾਂ ਪੋਲੀਟੀਕਲ ਸੁਣ ਸੁਣ ਕੇ ਤੰਗ ਆ ਗਿਆ, ਮੈਂ ਸੁਣ ਸੁਣ ਕੀ ਕਦੇ ਇਨਸਾਨੀਅਤ ਵੀ ਗੱਲ, ਕੋਈ ਰਿਪੋਰਟ ਤੁਹਾਡੇ ਵਰਗੇ ਸੱਜਣ ਇਨਸਾਨੀਅਤ ਦੀ ਟੀਵੀ 'ਤੇ ਆ ਕੇ ਗੱਲ ਕਰਨ? ਅਸੀਂ ਇੱਕ ਇਨਸਾਨ ਹਾਂ, ਅਸੀਂ ਫਿਰ ਇਹਨਾਂ ਨੂੰ ਵਿਸਾਖੀ ਦਾ ਅਨੰਦਪੁਰ ਸਾਹਿਬ ਜਾਂ ਬਾਬਾ ਆਪਣੇ ਗੁਰੂ ਗੋਬਿੰਦ ਸਿੰਘ ਦੀ ਕਿਤੇ ਵੀ ਯਾਦ ਕਰਾ ਦਿਆ ਕਰੋ ਕੌਣ ਸੀਗੇ ਅਸੀਂ। ਮੈਂ ਸਿਰਫ ਇਹੀ ਕਰਨਾ ਚਾਹੁੰਦਾ। ਜੀ 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 ਜੀ, ਸਾਡਾ ਜੀ ਇੱਕ ਪ੍ਰੋਗਰਾਮ ਚੱਲਦਾ, ਤੁਸੀਂ ਉਹ ਪ੍ਰੋਗਰਾਮ ਤੁਸੀਂ ਵੇਖ ਸਕਦੇ ਹੋ ਸਾਡੇ ਚੈਨਲ ਦੇ ਉੱਤੇ। ਉਹਦੇ ਉੱਤੇ ਅਸੀਂ ਉਹਨਾਂ ਮੁੱਦਿਆਂ ਦੀ ਗੱਲ ਕਰਦੇ ਹਾਂ, ਜਸ ਗੱਲਬਾਤ ਤੁਸੀਂ ਵੇਖ ਸਕਦੇ ਹੋ, ਖਿੜੀ ਦੁਪਹਿਰ ਸਾਡਾ ਪ੍ਰੋਗਰਾਮ ਚੱਲਦਾ, ਉਹ ਤੁਸੀਂ ਉਹ ਵੇਖ ਸਕਦੇ ਹੋ। ਉਸ ਦੇ ਉੱਤੇ ਅਸੀਂ ਉਹਨਾਂ ਮੁੱਦਿਆਂ ਨੂੰ ਰੱਖਿਆ ਹੋਇਆ, ਉਹਨਾਂ ਇਸ਼ੂਜ਼ ਨੂੰ ਰੱਖਿਆ ਹੋਇਆ। ਲੇਕਿਨ ਅੱਜ ਦਾ ਮੁੱਦਾ ਪੋਲੀਟੀਕਲ ਪਲੈਟਫਾਰਮ ਹੈਗਾ, ਜਿੱਥੇ ਅਸੀਂ ਧਾਰਮਿਕ ਗੱਲਾਂ ਵੀ ਕਰਦੇ ਹਾਂ। ਜਦ ਕੋਈ ਮੁੱਦਾ ਭਗਦਾ ਤਾਂ ਅਸੀਂ ਉਹਨੂੰ ਵੀ ਲੈ ਕੇ ਸਾਹਮਣੇ ਆਉਂਦੇ ਹਾਂ ਹਮੇਸ਼ਾ, ਅਤੇ ਲੇਕਿਨ ਮੈਕਸੀਮਮ ਮੁੱਦੇ ਦੇ ਉੱਤੇ ਪੋਲੀਟੀਕਲ ਗੱਲਾਂ ਹੁੰਦੀਆਂ, ਅਤੇ ਡਿਫਰੈਂਟ ਡਿਫਰੈਂਟ ਸਾਡੇ ਜਿਹੜੇ ਪ੍ਰੋਗਰਾਮ ਨੇ ਉਸ ਦੇ ਉੱਤੇ ਜਿਸ ਵਿਚਾਰਾਂ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ, ਉਹ ਵਿਚਾਰ ਤੁਸੀਂ, ਉਹ ਆਈਡੀਓਲੋਜੀ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਵੀ ਸੁਣ ਸਕਦੇ ਹੋ। ਲੇਕਿਨ ਜਦ ਕਿਤੇ ਇਨਸਾਨੀਅਤ ਦੀ ਗੱਲ ਆਉਂਦੀ ਹੈ ਤਾਂ ਅਸੀਂ ਇਸ ਮੁੱਦੇ ਦੇ ਉੱਤੇ ਵੀ ਲੈ ਕੇ ਉਹਨੂੰ ਆਉਂਦੇ ਹਾਂ ਔਰ ਤੁਹਾਡੇ ਸਾਹਮਣੇ ਅਸੀਂ ਰੱਖਦੇ ਵੀ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਬੋਲਦਾ ਲੰਡਨ ਤੋਂ। ਜਸਪਾਲ ਸਿੰਘ ਜੀ, ਕੀ ਕਹਿਣਾ ਚਾਹੋਗੇ? ਇੱਕ ਸਿੰਪਲ ਜਾਂ ਛੋਟਾ ਜਿਹਾ ਸੁਝਾਅ ਹੈਗਾ ਆ, ਆਈ ਡੋਂਟ ਨੋ ਇਟ ਵਿਲ ਵਰਕ ਔਰ ਨਾਟ, ਵਾਇਬਲ ਹੈਗਾ ਕਿ ਨਹੀਂ ਜੀ। ਤੇ ਮੈਂ ਕਹਿਣਾ ਚਾਹੁੰਦਾ ਕਿ ਜਿਸ ਵੇਲੇ ਇਹ ਸੈਸ਼ਨ ਹੋਣੇ ਆ ਨਾ ਜੀ, ਹੁੰਦੇ ਆ ਜੀ, ਉਸ ਵੇਲੇ ਜਿਹੜਾ ਲੀਡ, ਜਿਹੜਾ ਸਪੀਕਰ ਆਫ ਦੀ ਹਾਊਸ ਹੈਗਾ ਆ ਜੀ, ਉਸ ਦੇ ਪਾਸ ਸਾਰੀ ਲਿਸਟ ਚੱਲ ਜਾਵੇ ਜੀ, ਇਹ ਮੁੱਦਿਆਂ ਦੇ ਉੱਤੇ ਜਿਹੜੀ ਨਾ ਬਹਿਸ ਹੋਏਗੀ ਜੀ, ਔਰ ਉਸ ਦਾ ਟਾਈਮ ਫਿਕਸ ਕੀਤਾ ਜਾਵੇ ਕਿ ਇਸ ਮੁੱਦੇ ਦੇ ਉੱਤੇ ਇੰਨਾ ਟਾਈਮ, ਇਸ ਦੇ ਉੱਤੇ ਇੰਨਾ ਟਾਈਮ, ਇੰਨੇ ਤੇ ਇਸ ਤਰ੍ਹਾਂ ਇੰਨਾ ਟਾਈਮ ਜੀ, ਹੈ ਜੀ। ਤੇ ਬਾਕੀ ਜਿਹੜੇ ਲੜਾਈ ਝਗੜੇ ਵਾਲੇ, ਇਹਨਾਂ ਦਾ ਵੀ ਟਾਈਮ ਉਹ ਲਾਉਣ ਪਏ ਇੱਥੇ, ਇਹਨਾਂ ਤੇ ਇੰਨਾ ਟਾਈਮ, ਔਰ ਉਸ ਦੇ ਉਸਨੂੰ ਸਟ੍ਰਿਕਟਲੀ ਫੋਲੋ ਕੀਤਾ ਜਾਵੇ ਤੇ ਆਈ ਡੋਂਟ ਨੋ ਇਟ ਕੈਨ ਬੀ ਡਨ ਸਮਥਿੰਗ। ਆਈ ਥਿੰਕ ਦੇ ਗਿਵ ਅ ਜ਼ੀਰੋ ਆਰ ਵੇਅਰ ਇਨ ਯੂ ਹੈਵ ਟੂ ਟਾਕ ਅਬਾਊਟ ਦੀ ਪੋਲੀਟੀਕਲ ਥਿੰਗਸ ਐਂਡ ਯੂ ਕੈਨ ਜਸਟ ਰੇਜ਼ ਦਾ ਇਸ਼ੂ when they give you zero hour in assembly, dende mere khayal hai na, they give you zero hour, but I think a valid technical terms ne zero hour question hour, main tan jo mere dasna tanu ki jadon vi hangama khej koi mudda aa janda hai, eh pura is tarah session di jehdi karwai hundi hai puri di puri ohdi paint chad jandi hai, na lok sabhaan ch, na lok sabha de vich, na vidhan sabhaan vich koi kam nahi hunda. Ik te question eh hi hunda hai ki tusi vidhan sabha di duration, jehda session hunda di duration kat kyon rakhde ho? Tusi eh mann ke chalo 3 din di hegi hai. Ik eh karwai jehdi hun ਟੈਕਨੀਕਲ ਤਰੀਕੇ ਨਾਲ ਚੱਲਦੀ ਕਿ ਜਦੋਂ ਪਹਿਲਾ ਸੈਸ਼ਨ ਦਿਨ ਇਕੱਠੇ ਹੁੰਦੇ ਸਾਰੇ, ਐਸਾ ਲੱਗਦਾ ਅਬਿਚੁਰੀ ਰੈਫਰੈਂਸ ਹੁੰਦੀਆਂ, ਸ਼ਰਧਾਂਜਲੀਆਂ ਦਿੰਦੇ ਹੋ ਔਰ ਉੱਠ ਕੇ ਘਰ ਚਲੇ ਜਾਂਦੇ ਆ। ਪਹਿਲੇ ਦਿਨ ਤੁਸੀਂ ਮੰਨ ਕੇ ਚਲੋ ਟੈਕਨੀਕਲ ਕੋਈ ਕੰਮ ਹੀ ਨਹੀਂ ਹੁੰਦਾ, ਸੈਸ਼ਨ ਕਿੰਨੇ ਦਿਨ ਬਚਿਆ? 2 ਦਿਨ। ਹੁਣ ਜਿੱਦਾਂ ਮੈਂ ਕਹਿ ਰਿਹਾ ਮੰਡੇ ਔਰ ਟਿਊਸਡੇ, ਮੰਡੇ ਨੂੰ ਸਵੇਰੇ ਜੇ ਸਰਕਾਰ ਨੇ ਰਿਪੋਰਟ ਰੱਖ ਦਿੱਤੀ, ਅੱਧੇ ਘੰਟੇ 'ਚ ਖਲਾਰਾ ਪੈ ਜਾਣਾ, ਅੱਧੇ ਘੰਟੇ 'ਚ ਉੱਥੇ ਵਾਕਆਊਟ ਹੋ ਜਾਏਗਾ, ਅੱਧੇ ਘੰਟੇ 'ਚ ਸ਼ੋਰ ਸ਼ਰਾਬਾ ਹੋਏਗਾ, ਹੰਗਾਮਾ ਹੋਏਗਾ, ਉਸ ਤੋਂ ਬਾਅਦ ਕੀ ਹੋਏਗਾ ਜੀ? ਕਾਰਵਾਈ ਅੜਜਨ, ਕਾਰਵਾਈ ਅੜਜਨ ਕਰਕੇ 4, ਫਿਰ 4, 5, 6 ਵਜੇ ਬੰਦ,
ਪਹਿਲੇ ਦਿਨ ਦੀ ਕਾਰਵਾਈ ਗਈ, ਦੂਜੇ ਦਿਨ ਦੀ ਕਾਰਵਾਈ, ਤੇ ਇਹ ਕੀ ਹੁੰਦਾ ਕਿ ਇਟਸ ਅ ਵੇਸਟੇਜ ਆਫ ਪਬਲਿਕ ਐਕਸਚੇਕਰ ਮਨੀ, ਇਟਸ ਅ ਪਬਲਿਕ ਆਫ ਜਿਹੜੇ ਸਾਡੇ ਨੁਮਾਇੰਦੇ ਨੇ ਚੁਣ ਕੇ ਆਉਂਦੇ ਨੇ, ਜੋ ਵੋਟਰਾਂ ਨੇ ਉਮੀਦਾਂ ਲਾਈਆਂ ਹੁੰਦੀਆਂ ਉਹ ਸਾਰੀਆਂ ਖਤਮ ਹੋ ਜਾਂਦੀਆਂ ਕਿ ਸਾਡੇ ਤੇ ਮਤਲਬ ਸਾਡੇ ਤਰਨ ਤਾਰਨ ਦੀ, ਸਾਡੇ ਹੁਸ਼ਿਆਰਪੁਰ ਦੀ, ਸਾਡੇ ਮਤਲਬ ਕਪੂਰਥਲੇ ਦੀ ਜਾਂ ਜਲੰਧਰ ਦੀ ਤਾਂ ਗੱਲ ਹੀ ਨਹੀਂ ਹੋਈ, ਇਹ ਤਾਂ ਸਾਰਾ ਹਲਕਿਆਂ ਦੀ ਗੱਲ ਨਹੀਂ। ਦੂਸਰਾ ਇੱਕ ਹੋਰ ਚੀਜ਼ ਦੱਸਦਾ, ਇਹ ਵੀ ਗੱਲ ਮੰਨੀ ਜਾਂਦੀ ਹੈ ਜੋ ਸਾਡੇ ਮੀਡੀਆ ਸਰਕਲ ਦੇ ਵਿੱਚ ਵੀ ਆਉਂਦੀ ਕਿ ਕਈ ਵਾਰੀ, ਮੈਂ ਨਹੀਂ ਕਹਿ ਰਿਹਾ ਪੰਜਾਬ ਅਸੈਂਬਲੀ 'ਚ ਇਸ ਤਰ੍ਹਾਂ ਹੁੰਦਾ ਜਾਂ ਹੋਏਗਾ, ਲੋਕ ਸਭਾ ਦੇ ਵਿੱਚ ਵੀ ਲੋਕ ਇਹ ਮੰਨਦੇ ਨੇ ਕਿ ਵਿਪਕਸ਼ ਜਿਹੜਾ ਹੁੰਦਾ ਔਰ ਪੱਖ ਜਿਹੜੀ ਸੱਤਾਰੂੜ ਪਾਰਟੀ ਉਹਦੀ, ਇਹਨਾਂ ਦੀ ਆਪਸ 'ਚ ਕੋਈ ਐਡਜਸਟਮੈਂਟ ਵੀ ਹੁੰਦੀ ਹੈ ਕਈ ਵਾਰੀ, ਕਈ ਵਾਰੀ ਨੋਟ ਪਰਟੀਕੁਲਰ, ਮੈਂ ਪੰਜਾਬ ਸਰਕਾਰ 'ਤੇ ਜਾਂ ਪੰਜਾਬ ਵਿਧਾਨ ਸਭਾ 'ਤੇ ਨਹੀਂ ਗੱਲ ਕਰ ਰਿਹਾ, ਕਈ ਵਾਰੀ ਇਹ ਹੁੰਦੀ ਔਰ ਵਾਕਈ ਹੁੰਦੀ ਹੈ ਕਿ ਲੈਟਸ ਟਾਕ ਦਿਸ, ਤੁਸੀਂ ਇਹ ਮੁੱਦਾ ਚੁੱਕਣਾ, ਅਸੀਂ ਇਹ ਬਹਿਸ ਕਰਾਂਗੇ, ਤੁਸੀਂ ਇਹ ਮੁੱਦਾ ਚੁੱਕਣਾ, ਇਹ ਬਹਿਸ ਕਰਾਂਗੇ, ਸਾਡਾ ਟਾਈਮ ਖਤਮ, ਅਸੀਂ ਘਰ ਚੱਲੇ, ਥੈਂਕ ਯੂ। ਔਰ ਉਸ ਤੋਂ ਬਾਅਦ ਕੀ ਹੁੰਦਾ ਜੀ, ਲੋਕ ਸਭਾ ਅਨਿਸ਼ਚਿਤ ਕਾਲ ਕੇ ਲਈ ਸਥਗਿਤ ਹੋ ਜਾਂਦਾ ਹੈ, ਵਿਧਾਨ ਸਭਾ ਅਨਿਸ਼ਚਿਤ ਕਾਲ ਕੇ ਲਈ ਸਥਗਿਤ। ਅਸੀਂ ਕਿਹਾ ਆਪਣੇ ਨੁਮਾਇੰਦੇ ਇਸ ਵਾਸਤੇ ਚੁਣਦੇ ਹਾਂ ਕਿ ਤੁਸੀਂ ਹੰਗਾਮਾ ਕਰੋ, ਇੱਕ ਰਿਪੋਰਟ ਆਏਗੀ ਉਹਦੇ 'ਤੇ ਹੰਗਾਮਾ ਕਰੋ, ਦੋ ਦਿਨ ਖਿਲਾਰਾ ਪਾਓ, ਘਰ ਚਲੇ ਜਾਓ। ਦਿਸ ਇਜ਼ ਨੋਟ ਗੋਇੰਗ ਟੂ ਹੈਪਨ, ਔਰ ਦਿਸ ਇਜ਼ ਮਤਲਬ ਇਹ ਚੀਜ਼ ਚੱਲਦੀ ਹੈ, ਪੀਪਲ ਸ਼ੁੱਡ ਨੋਟ ਟੋਲਰੇਟ ਇਟ। ਲੋਕਾਂ ਦੀ ਜਿਹੜੀ ਸ਼ਿਕਾਇਤ, ਹੁਣ ਸਾਡੇ ਸੂਝਵਾਨ ਦਰਸ਼ਕ ਨੇ ਫੋਨ ਕਰ ਰਹੇ ਨੇ, ਉਹਨਾਂ ਨੇ ਦਿੱਤਾ ਕਿ ਇੱਕ ਡੈਡਲਾਈਨ ਹੋਏ ਮੈਨੀਫੈਸਟੋ ਦੇ ਵਿੱਚ, ਮੈਂ ਮੰਨ ਕੇ ਤਿਆਰ ਹਾਂ ਕਿ ਕੋਈ ਵੀ ਪੋਲੀਟੀਕਲ ਪਾਰਟੀ ਡੈਡਲਾਈਨ ਦੇਣ ਨੂੰ ਤਿਆਰ ਹੋਏਗੀ ਨਹੀਂ, ਕਿਉਂਕਿ ਉਹਨਾਂ ਨੂੰ ਆਪ ਨਹੀਂ ਪਤਾ ਹੁੰਦਾ ਵੀ ਅਸੀਂ ਜਿੰਨੇ ਵਾਅਦੇ ਪੂਰੇ ਲਿਖੇ ਨੇ ਕਿਤਾਬ 'ਚ ਕਰ ਪਾਵਾਂਗੇ, ਚੋਣ 'ਚ ਆਪਣੇ ਮਨੋਰਥ ਪੱਤਰ 'ਚ, ਮੈਨੀਫੈਸਟੋ 'ਚ, ਅਸੀਂ ਕਰ ਵੀ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ। ਪਲੇਇੰਗ ਵਿਦ ਦੀ ਸੈਂਟੀਮੈਂਟ, ਵੀ ਹੈਵ ਮੋਰ ਕਾਲਰਸ ਔਨ ਦ ਫੋਨ, ਉਹਨਾਂ ਦੇ ਵੀ ਆਪਾਂ ਸੁਝਾਅ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਦੀਪ ਸਿੰਘ ਬੋਲਦਾ ਜੀ, ਸਮੈਥਿਕ ਤੋਂ, ਸਮੈਥਿਕ ਬਰਮਿੰਘਮ। ਕੁਲਦੀਪ ਸਿੰਘ ਜੀ ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ। ਜਿਹੜੀ ਭਾਅ ਜੀ ਤੁਸੀਂ ਗੱਲਬਾਤ ਕਰਦੇ ਹੋ, ਬਹੁਤ ਵਧੀਆ ਤੁਹਾਡਾ ਟੌਪਿਕ ਆ ਜਿਹੜਾ ਜੀ ਜੀ ਜੀ, ਆਪਣੇ ਜਿਹੜੇ ਆਪਣੇ ਗੈਸਟ ਆਏ ਆ ਉਹ ਕਹਿੰਦੇ ਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕੀ ਕਰ ਪਾਵਾਂਗੇ ਕੀ ਨਹੀਂ ਕਰ ਪਾਵਾਂਗੇ, ਹੈ ਨਾ ਜੀ ਜੀ ਜੀ। ਤੇ ਇਹ ਸਾਨੂੰ ਵੀ ਇਹੋ ਉਮੀਦ ਆ ਜੀ, ਉਮੀਦ ਕੀ, ਉਮੀਦ ਹੈ ਹੀ ਨਹੀਂ। ਮੈਨੂੰ ਨਹੀਂ ਲੱਗਦਾ ਕਿ ਕਿਸੇ ਆਮ ਨਾਗਰਿਕ ਨੂੰ ਆਪਣੇ ਸਿਸਟਮ ਦੇ ਕੋਲੋਂ ਕਿਸੇ ਕਿਸਮ ਦੀ ਉਮੀਦ ਹੈ। ਜਿਸ ਤਰ੍ਹਾਂ ਤੁਸੀਂ ਇੱਕ ਕਲਿੱਪ ਦਿਖਾ ਕੇ ਹਟੇ ਆ ਕਿ ਮਨਪ੍ਰੀਤ ਬਾਦਲ ਕਹਿੰਦਾ ਕਿ ਅਸੀਂ ਕਿਸਾਨਾਂ ਦੇ ਮੁੱਦੇ ਦੀ ਗੱਲ ਕਰਾਂਗੇ ਜੀ ਜੀ, ਤੇ ਸਭ ਨਾਲੋਂ ਜਿਹੜਾ ਜ਼ਿਆਦਾ ਭਖਿਆ ਹੋਇਆ ਮਸਲਾ ਆ ਉਹ ਇਸ ਟਾਈਮ ਬੇਅਦਬੀ ਦਾ ਚੱਲ ਰਿਹਾ ਜੀ ਜੀ, ਜਿਹਦੇ ਵਿੱਚ ਸੁਖਵਾਲ ਖਹਿਰਾ ਜੀ ਕਹਿ ਰਹੇ ਆ ਕਿ ਅਸੀਂ ਪਹਿਲਾ ਮੁੱਦਾ ਜਿਹੜਾ ਬੇਅਦਬੀ ਦਾ ਵਿਚਾਰਾਂਗੇ ਉੱਥੇ ਜੀ ਜੀ, ਸਿੱਧੀ ਸਾਹਮਣੇ ਗੱਲ ਇਹੀ ਆਉਂਦੀ ਆ ਵੀ ਅਕਾਲੀ ਤੇ ਕਾਂਗਰਸੀ ਤਾਂ ਪਹਿਲਾਂ ਰਲੇ ਹੋਏ, ਉਹਨਾਂ ਨੇ ਚੀਮੇ ਨੂੰ ਮੂਹਰੇ ਕਰਕੇ ਇਹਨਾਂ ਦਾ ਰੋਲਾ ਪਵਾ ਦੇਣਾ, ਉੱਥੇ ਗੱਲ ਕੋਈ ਨਿਬੜਨੀ ਨਹੀਂ ਹੈ ਜੀ 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 ਜੀ। ਮੈਨੂੰ ਲੱਗਦਾ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ 'ਚ ਕੱਲ੍ਹ ਰੱਖਣਗੇ, ਵਿਰੋਧੀ ਦਲ ਅਕਾਲੀ ਦਲ ਰੱਖ ਸਕਦਾ ਹੈ ਔਰ ਕਾਂਗਰਸ ਵੀ ਰੱਖੇ। ਗੱਲ ਉਹੀ ਹੈ ਜੋ ਆਪਣੇ ਸੂਝਵਾਨ ਦਰਸ਼ਕ ਕਹਿ ਰਹੇ ਨੇ, ਉਹ ਗੱਲ ਉਹੀ ਹੈ, ਤਿੰਨ ਪਾਰਟੀਆਂ ਦਾ ਮਸਲਾ ਹੈ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਇਹਨਾਂ ਤਿੰਨਾਂ ਦਾ ਹੀ ਝਗੜਾ ਰਹਿਣਾ। ਆਮ ਆਦਮੀ ਜਿਹਨੇ ਵੋਟ ਪਾਈ ਹੈ, ਜਿਹਨੇ ਪੰਜਾਬ ਦਾ ਵੋਟਰ ਹੈ, ਉਹਦੇ ਮਸਲੇ ਦੀ ਗੱਲ ਕਿੱਥੇ ਕਰੋਗੇ? ਹੁਣ ਮਨਪ੍ਰੀਤ ਬਾਦਲ ਕਹਿੰਦੇ ਨੇ ਕਿਸਾਨਾਂ ਦੀ ਗੱਲ ਕਰਨਾ, ਮੈਂ ਚੈਲੰਜ ਕਰਦਾ ਕਿ ਤੁਸੀਂ ਦੋ ਦਿਨ ਦੇ ਵਿੱਚ ਕਿਸਾਨ ਦੀ ਗੱਲ ਕਰਕੇ ਦਿਖਾ ਦਿਓ, ਟਾਈਮ ਹੀ ਨਹੀਂ ਮਿਲਣਾ, ਹੰਗਾਮਾ ਹੀ ਇੰਨਾ ਉੱਥੇ ਕਲੇਸ਼ ਇੰਨਾ ਪੈ ਜਾਣਾ, ਤੁਸੀਂ ਦੇਖ ਲੈਣਾ। ਤੇ ਮਤਲਬ ਦਿਸ ਇਜ਼ ਲੋਕਾਂ ਨੂੰ ਵੋਟਰਾਂ ਨੂੰ ਬਰਗਲਾਉਣ ਵਾਲਾ ਕੰਮ ਹੈ ਵੋਟਰਾਂ ਨੂੰ। ਹਾਂਜੀ, ਪੈ ਗਿਆ, ਮਤਲਬ ਪੈ ਗਿਆ ਹੀ ਸਮਝੋ ਤੁਸੀਂ, ਤੇ ਆਖਰੀ ਗੱਲ ਇਹ ਹੋਈ ਸਾਰੀ ਖਹਿਰਾ ਸਾਹਿਬ ਤੇ ਆ ਜਾਣੀ ਵੀ ਇਸ ਬੰਦੇ ਨੇ ਅੱਗੇ ਗੱਲ ਨੀ ਤੁਰਨ ਦਿੱਤੀ। ਮੇਨ ਗੱਲ ਜਿਹੜੀ ਸਾਰਿਆਂ ਨਾਲੋਂ ਆਹੀ ਸਾਹਮਣੇ ਆਪਣੇ ਨਿਕਲ ਕੇ ਆਉਣੀ ਆ। ਮੈਨੂੰ ਨੀ ਲੱਗਦਾ ਕੋਈ ਉਮੀਦ ਕਿ ਕੋਈ ਕਿਸੇ ਕਿਸਮ ਦਾ ਮਸਲਾ ਵੀ ਉੱਥੇ ਵਿਚਾਰਿਆ ਜਾਵੇ। ਥੈਂਕ ਯੂ, ਕੋਸ਼ਿਸ਼ ਸਾਡੀ ਆਈ ਹੈ ਕੁਲਦੀਪ ਸਿੰਘ ਜੀ ਕੀ ਵਿਚਾਰਿਆ ਜਾਣ ਔਰ ਜਿਹੜੇ ਅਹਿਮ ਮੁੱਦੇ ਨੇ ਉਹਨਾਂ ਦੇ ਉੱਤੇ ਗੱਲਬਾਤ ਹੋਏ। ਲੇਕਿਨ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਇਹ ਤਸਵੀਰ ਵੇਖਣ ਨੂੰ ਕੱਲ੍ਹ ਮਿਲ ਸਕਦੀ ਹੈ ਤੇ ਸ਼ਾਇਦ ਹੋ ਵੀ ਸਕਦਾ ਹੈ, ਕਾਲਰਸ ਹੋਰ ਵੀ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ। ਮੈਂ ਵੇਖ ਪਾ ਰਿਹਾ ਕਿ ਕਾਫੀ ਸਾਰੇ ਕਾਲਰਸ ਇਸ ਟਾਈਮ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ। ਮੈਂ ਦਰਖਾਸਤ ਕਰਾਂਗਾ ਕਿ ਤੁਸੀਂ ਆਪਣੀ ਕਾਲ ਨੂੰ ਨਾ ਕੱਟਿਓ, ਆਪਣੀ ਕਾਲ ਤੁਸੀਂ ਇਸ ਤਰੀਕੇ ਨਾਲ ਸਾਨੂੰ ਕਰਦੇ ਰਹੋ। ਮੈਂ ਕਿਊ ਦੇ ਵਿੱਚ ਤੁਹਾਡੀ ਕਾਲ ਨੂੰ ਪਾ ਰਿਹਾ। ਮੈਂ ਮਜਬੂਰ ਹੈਗਾ ਜੀ ਇੱਥੇ ਇੱਕ ਨਿੱਕੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਣ ਦੇ ਲਈ, ਔਰ ਜਦ ਬ੍ਰੇਕ ਤੋਂ ਬਾਅਦ ਆਵਾਂਗਾ ਤੁਹਾਡੇ ਵਿਚਾਰ ਜ਼ਰੂਰ ਜਾਣਾਂਗਾ ਇਸ ਬ੍ਰੇਕ ਤੋਂ ਬਾਅਦ।